ਕਾਂਦਾ ਮੰਡੀ ਸਾਡੀ ਪੂਰੇ ਜ਼ਿਲ੍ਹੇ 'ਚ ਸਭ ਤੋਂ ਵਧੀਆ ਮੰਡੀ ਚੱਲੀ ਹੈ। ਔਰ ਜਿਹੜਾ ਇਹਨਾਂ ਨੇ ਕੱਟ ਦਾ ਮੈਂਸ਼ਨ ਕੀਤਾ, ਜਦੋਂ ਪਹਿਲਾਂ ਵੀ ਐਮ ਬੀ ਦੀਆਂ ਸ਼ਿਕਾਇਤਾਂ ਆਈਆਂ ਅਤੇ ਅਸੀਂ ਮੌਕੇ 'ਤੇ ਹੱਲ ਕਰਾਈਆਂ ਨੇ। ਇਹਨਾਂ ਦਾ ਵੀ ਮੈਂ ਲੈ ਲਿਆ, ਇਹਨਾਂ ਤੋਂ ਡਾਕੂਮੈਂਟਸ ਲੈ ਲਏ ਨੇ, ਕੋਈ ਗੱਲ ਨਹੀਂ, ਇਹਨਾਂ ਦਾ ਵੀ ਹੱਲ ਕਰਾਂਗੇ। ਜਿਹੜਾ ਡੀ ਏ ਪੀ ਸੰਬੰਧੀ ਖਾਦ ਘਾਟ ਦਾ ਮਸਲਾ, ਇਸ ਸੰਬੰਧੀ ਬੇਸਿਕਲੀ ਇਹ ਸਾਰੇ ਪੰਜਾਬ ਲੈਵਲ ਦਾ ਮਸਲਾ, ਅਸੀਂ ਜ਼ਿਲ੍ਹੇ ਲੈਵਲ 'ਤੇ ਇਹਨਾਂ ਦੀ ਡਿਮਾਂਡ ਭੇਜ ਦੂੰਗਾ। ਕੋਈ ਹੋ ਸਕਦਾ ਹੈ ਕੋਈ ਐਵੇਂ ਦਾ ਇੰਸੀਡੈਂਟ ਹੋਇਆ ਹੋਵੇ, ਪਹਿਲਾਂ ਵੀ ਕਦਾ ਐਵੇਂ ਦਾ ਇੰਸੀਡੈਂਟ ਧਿਆਨ 'ਚ ਆ ਰਿਹਾ ਸੀ, ਅਸੀਂ ਮੌਕੇ ਦੇ ਉੱਤੇ ਹੀ ਰਿਜ਼ੋਲਵ ਕਰਾ ਦਿੱਤਾ। ਇਹ ਦੇਖੋ ਜੀ, ਪ੍ਰੋਕਿਓਰਮੈਂਟ ਦਾ ਸੀਜ਼ਨ ਬਿਲਕੁਲ ਪੀਕ 'ਤੇ ਚੱਲਦਾ ਪਿਆ ਇਸ ਵਕਤ। ਇਸ ਵਕਤ ਅਸੀਂ ਨਹੀਂ ਇਹਦੇ 'ਚ ਕੋਈ ਐਵੇਂ ਦੀ ਛੇੜਛਾੜ ਚਾਹੁੰਦੇ ਜਿਹਦੇ ਨਾਲ ਜੇ ਮੰਨ ਲਓ ਅਸੀਂ ਕਿਸੇ ਆੜ੍ਹਤੀ ਖਿਲਾਫ਼ ਵੀ ਐਕਸ਼ਨ ਲੈਂਦੇ ਹਾਂ ਤਾਂ ਉਹਦਾ ਖਾਮਿਆਜ਼ਾ ਵੀ ਆਖਰੀ ਉੱਤੇ ਕਿਸਾਨ ਨੂੰ ਭੁਗਤਣਾ ਪੈਂਦਾ, ਕਿਉਂਕਿ ਫਸਲ ਦੀ ਖਰੀਦ ਰੁਕ ਜਾਂਦੀ ਹੈ ਸਾਰੀ। ਇਸ ਵਕਤ ਵੈਸੇ ਹੀ ਸਾਡੀ ਜਿਹੜੀ ਪਰਚੇਜ਼ ਹੈ ਉਹ ਪੁਰਾਣੇ ਸੀਜ਼ਨਾਂ ਦੇ ਮੁਤਾਬਕ ਹਫ਼ਤਾ 10 ਦਿਨ ਲੇਟ ਚੱਲ ਰਹੀ ਹੈ। ਮਸਲਾ ਨਹੀਂ ਜੀ, ਪਹਿਲਾਂ ਜਿਹੜੇ ਐਵੇਂ ਦੇ ਮਸਲੇ ਆਏ ਨੇ ਅਸੀਂ ਉਹ ਮੌਕੇ 'ਤੇ ਰਿਜ਼ੋਲਵ ਵੀ ਕਰਾਏ ਨੇ, ਠੀਕ ਹੈ ਨਾ। ਕੋਈ ਇੱਕ ਅੱਧੀ ਕੋਈ ਟਾਮਾਟਾਲਾ ਘੱਟ ਦਾ ਮਸਲਾ ਆਇਆ ਸੀ, ਕਿਸੇ 'ਚ ਕੋਈ ਇਸ਼ੂ ਸੀ, ਕਿਸੇ ਲੇਟੈਸਟ ਫਿਗਰ ਕੱਲ੍ਹ ਦਾ ਹੈ ਮੈਂ ਤੁਹਾਨੂੰ ਦੱਸ ਦਿੰਦਾ। ਕੱਲ੍ਹ ਦੇ ਫਿਗਰ ਮੁਤਾਬਕ ਟਾਂਡਾ ਮੰਡੀ ਦੀ ਲਗਭਗ 70% ਜੋ ਹੁੰਦਾ ਮਾਲ ਆਇਆ ਉਹ ਲਿਫਟਿੰਗ ਹੁੰਦੀ ਪਈ ਹੈ। ਅਤੇ ਸਾਡੇ ਇੱਥੇ 7 ਰਾਈਸ ਮਿੱਲਾਂ ਨੇ ਟਾਂਡੇ ਮੰਡੀਆਂ ਨਾਲ ਲਿੰਕ, 7 ਦੇ ਐਗਰੀਮੈਂਟ ਹੋ ਚੁੱਕੇ ਨੇ, 7 ਲਿਫਟਿੰਗ ਕਰਦੀਆਂ ਪਈਆਂ। ਸਾਡੇ ਕੋਲ ਆਰ ਓ ਵੀ ਆਏ ਨੇ, ਜਿਵੇਂ ਖੋਖਰ ਮੰਡੀ ਸਾਡੇ ਕੋਲ ਬਾਹਰ ਦੇ ਜ਼ਿਲ੍ਹਿਆਂ ਦੇ ਆਰ ਓ ਆਏ ਨੇ, ਘੋੜੇਵਾਹਾ ਮੰਡੀ ਦੇ ਵਿੱਚ ਕੋਈ ਮਾਨਸਾ ਦੀ ਰਾਈਸ ਮਿੱਲ ਦਾ ਆਰ ਓ ਆਇਆ। ਇਸ ਵਕਤ ਸਾਡੀ ਜਿਹੜੀ ਲਿਫਟਿੰਗ ਹੈ ਉਹ ਸਮੂਥ ਚੱਲਦੀ ਪਈ ਹੈ। ਥੈਂਕ ਯੂ। ਅੱਜ ਦਾ ਜੋ ਰੋਸ ਧਰਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੁੱਚੇ ਪੰਜਾਬ ਵਿੱਚ ਦਿੱਤਾ ਜਾ ਰਿਹਾ, ਜੋ ਕਿ ਕਿਸਾਨਾਂ ਦੀ ਲੁੱਟ ਹੋ ਰਹੀ ਆ, ਕਿਸਾਨਾਂ ਨੂੰ ਕੱਟ ਲਾ ਕੇ ਕਿਨਾਂ ਦਾ 15-15 ਦਿਨ ਖਰਾਬ ਕਰਕੇ ਮੰਡੀਆਂ ਵਿੱਚ ਰੋਲਿਆ ਜਾ ਰਿਹਾ, ਉਹਦੇ ਅਗੇਂਸਟ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਫੈਸਲਾ ਲਿਆ ਕਿ ਸਾਰੇ ਪੰਜਾਬ ਦੇ ਵਿੱਚ ਐਸ ਡੀ ਐਮ ਲੈਵਲ 'ਤੇ ਹੈੱਡਕੁਆਰਟਰਾਂ 'ਤੇ ਧਰਨੇ ਦਿੱਤੇ ਜਾਣ। ਅਸੀਂ ਵੀ ਉਸ ਤਹਿਤ ਅੱਜ ਟਾਂਡੇ ਦੇ ਐਸ ਡੀ ਐਮ ਦੇ ਸਾਹਮਣੇ ਧਰਨਾ ਦਿੱਤਾ, ਔਰ ਅਸੀਂ ਕਿਨਾਂ ਦਾ ਗੱਲ ਚਾਹੁੰਦੇ ਹਾਂ ਕਿ ਜੋ ਕਿਸਾਨ ਦੇ ਨਾਲ ਧੱਕਾ ਹੋ ਰਿਹਾ, ਕਿਸਾਨ ਦੇ ਨਾਲ ਮਾਸਟਰ ਦਾ ਜਿਹੜਾ ਰੌਲਾ ਪਾ ਕੇ ਕੱਟ ਲਾਈ ਜਾ ਰਹੀ ਆ, ਪੇਮੈਂਟ ਦੀ ਕੱਟ ਲਾਈ ਜਾ ਰਹੀ ਆ, ਔਰ ਡੀ ਏ ਪੀ ਦੀ ਜਿਹੜੀ ਕਿਨਾਂ ਦਾ ਜਿੱਥੇ ਇਲੈਕਸ਼ਨ ਆ ਉੱਥੇ ਨੂੰ ਸਾਰਾ ਟਰੱਕਾਂ 'ਚ ਟਰੱਕ ਭੇਜ ਰਿਹਾ, ਔਰ ਕਿਸਾਨ ਅੱਜ ਕਿਨਾਂ ਦਾ ਜਿਹੜਾ ਡੀ ਏ ਪੀ ਦੇ ਨਾਲ ਜਿਹੜਾ ਐੱਨ ਪੀ ਕੇ ਜਾਂ ਹੋਰ ਜਿਹੜੀਆਂ ਖਾਦਾਂ ਉਹਦੇ ਨਾਲ ਜਿਹੜੇ ਸਲਫਰ ਜਾਂ ਹੋਰ ਚੀਜ਼ਾਂ ਚੁਕਾਈਆਂ ਜਾ ਰਹੀਆਂ, ਕਿਸਾਨ ਦੇ ਨਾਲ ਬਹੁਤ ਧੱਕਾ, ਇੱਕ ਝੋਨੇ 'ਚ ਧੱਕਾ ਅਤੇ ਕਣਕ ਦੀ ਬਿਜਾਈ 'ਤੇ ਬਹੁਤ ਵੱਡਾ ਧੱਕਾ ਹੋ ਰਿਹਾ। ਸ਼੍ਰੋਮਣੀ ਅਕਾਲੀ ਦਲ ਜਿਹੜਾ ਇਸ ਧੱਕਿਆਂ ਨੂੰ ਬਰਦਾਸ਼ਤ ਨਹੀਂ ਕਰੂਗਾ, ਕਿਸਾਨ ਦੇ ਅਸੀਂ ਹਮੇਸ਼ਾ ਨਾਲ ਆ, ਕਿਸਾਨ ਜਿਹੜਾ ਇਹ ਕਿਨਾਂ ਦਾ ਸਾਡਾ ਰੀੜ੍ਹ ਦੀ ਹੱਡੀ ਆ, ਸਭ ਤੋਂ ਪਹਿਲਾਂ ਪਿਆਰਾ ਸਾਨੂੰ ਕਿਸਾਨ ਆ। ਮੈਂ ਇਸ ਕਰਕੇ ਅੱਜ ਐਸ ਡੀ ਐਮ ਸਾਹਿਬ ਦੇ ਥਰੂ ਸਰਕਾਰ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਲੁੱਟ ਬੰਦ ਕੀਤੀ ਜਾਵੇ, ਝੋਨੇ ਦੀ ਖਰੀਦ ਜਿਹੜੀ ਆ ਤੁਰੰਤ ਠੀਕ ਕੀਤੀ ਜਾਵੇ। ਬਹੁਤ ਵਧੀਆ, ਕਿਸਾਨ ਦਾ ਇਹ ਜਿਹੜਾ ਕਿਸਾਨੀ ਅੰਦੋਲਨ ਦਾ ਬਦਲਾ ਲੈਣ ਵਾਸਤੇ ਸਾਰਾ ਕੁਝ ਹੋ ਰਿਹਾ, ਔਰ ਐੱਮ ਐੱਸ ਪੀ ਦੀ ਗਰੰਟੀ ਦੀ ਗੱਲ ਕੀਤੀ ਜਾ ਰਹੀ ਆ, ਉਹਦੇ ਵਿੱਚ ਕਿਨਾਂ ਦਾ ਜਿਹੜੀ ਕੱਟ ਲੱਗ ਰਹੀ 400-300 ਰੁਪਈਆ, ਪਤਾ ਨਹੀਂ ਕਿਨਾਂ ਦਾ, ਜਿਹਦਾ ਵੀ ਜੇ ਜਿੰਨਾ ਦਿਲ ਕਰਦਾ ਉਹ ਆੜ੍ਹਤੀ ਆਮੀ ਖਿਆਲਾਂ ਵਾਲੇ ਨਾਲ ਮਿਲ ਕੇ ਕੱਟ ਲਾਈ ਜਾ ਰਹੀ। ਵਾਹਿਗੁਰੂ ਜੀ ਕਾ ਖਾਲਸਾ। ਕਾਰਜਕਾਰੀ ਪ੍ਰਧਾਨ ਸਾਹਿਬ ਬਲਵਿੰਦਰ ਸਿੰਘ ਜੀ ਪੂਜਨ ਸਾਹਿਬ ਦੇ ਆਦੇਸ਼ਾਂ 'ਤੇ ਹਰ ਹਲਕੇ 'ਚ ਐੱਸ ਡੀ ਐੱਮ ਸਾਹਿਬ ਦੇ ਮੂਹਰੇ ਰੋਸ ਧਰਨੇ ਦਿੱਤੇ ਗਏ ਆ, ਉਹਦੇ ਤਹਿਤ ਅਸੀਂ ਵੀ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਸਾਹਿਬ ਜੀ ਦੀ ਹਲਕਾ ਇੰਚਾਰਜ ਦੀ ਅਗਵਾਈ 'ਚ ਇੱਥੇ ਸਾਰਿਆਂ ਨੇ ਧਰਨਾ ਦਿੱਤਾ, ਔਰ ਜੋ ਕਿਸਾਨ ਨਾਲ ਵੱਡੀ ਲੁੱਟ ਹੋ ਰਹੀ ਹੈ, 200-200 ਰੁਪਈਆ ਉਹਦਾ ਕੱਟਿਆ ਜਾ ਰਿਹਾ, ਔਰ ਫਿਰ ਪਰਚੇਜ਼ ਨਹੀਂ ਪੈ ਰਹੀ, ਫਿਰ ਝੂਠ ਬੋਲਿਆ ਜਾ ਰਿਹਾ। ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਦੋਸ਼ੀ ਕਹਿ ਰਹੀ ਹੈ ਅਤੇ ਪੰਜਾਬ ਸਰਕਾਰ ਸੈਂਟਰ ਨੂੰ ਦੋਸ਼ੀ ਕਹਿ ਰਿਹਾ, ਅਤੇ ਵਿੱਚ ਪੀਸਿਆ ਕੌਣ ਜਾ ਰਿਹਾ? ਨਿਰਦੋਸ਼ ਕਿਸਾਨ। ਕਿਸਾਨ ਦੀ ਲੁੱਟ ਖਸੁੱਟ ਸ਼੍ਰੋਮਣੀ ਅਕਾਲੀ ਦਲ ਕਦੀ ਸਹਿਣ ਨਹੀਂ ਕਰੂਗਾ। ਜੇ ਇਹ ਲੁੱਟ ਖਸੁੱਟ ਬੰਦ ਨਾ ਕੀਤੀ ਗਈ ਤਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਅਗਲੇ ਆਦੇਸ਼ਾਂ 'ਤੇ ਇਸ ਤੋਂ ਵੀ ਵੱਡੇ ਪ੍ਰੋਟੈਸਟ ਕਰਾਂਗੇ। ਇੰਨਾ ਕੁਛ ਕਹਿੰਦਾ ਹੋਇਆ ਫਤਿਹ ਬੁਲਾਉਂਦਾ, ਵਾਹਿਗੁਰੂ ਜੀ ਕਾ।